ਅਸਲਾਮ ਵਾਲੇਕਮ ਜੀ ਜੀ ਆਇਆਂ ਨੂੰ ਮੇਰੇ ਚੈਨਲ ਤੇ ਤੇ ਅੱਜ ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਬੁੱਝੋ ਮੈਨ ਇਹਦੇ ਦੱਸਣਾ ਸਾਰੇ ਪਹਿਲੇ ਕਮੈਂਟ ਕਰਕੇ ਦੱਸਣਾ ਤੁਸੀਂ ਔਰਤਾਂ ਕੀ ਪੂਰੀ ਵੀਡੀਓ ਵੇਖ ਲੈਣੀ ਹੈ ਜੀ ਤੇ ਅਸੀਂ ਜਾ ਰਹੇ ਹਾਂ ਹੌਲੀਡੇ ਤੇ ਲੇਕਿਨ ਅੱਗੇ ਜਾ ਕੇ ਦੱਸਨੇ ਕਿਹੜੇ ਮੁਲਕ ਜਾ ਰਹੇ ਹਾਂ ਅੱਲਾ ਦਾ ਲੱਖ ਰੋਸ਼ ਸ਼ੁਕਰ ਹੈ ਰਵੇ ਤੇ ਮੈਨੂੰ ਫੋਲੋ ਲਾਈਕ ਕਮੈਂਟ ਕਰ ਲੈਣਾ ਹਸਬੰਦ ਨੇ ਆਪਣਾ ਸਮਾਨ ਦਾ ਸਾਰੀ ਕਰਵਾਇਆ ਵੇਟ ਵਗੈਰਾ ਕਰਵਾਇਆ ਸਮਾਨ ਅਸੀਂ ਵੇਟ ਕਰਵਾ ਕੇ ਉਹਨਾਂ ਨੇ ਕਿ ਅਗਲੇ ਚਲੇ ਜਾਓ ਜਗ੍ਹਾ ਤੇ ਅਗਲੇ ਕੰਬੜਿਆਲੇ ਪਾਸੇ ਗਏ ਤੇ ਉਹਨਾਂ ਨੇ ਕਿ 19 ਸਾਮਾਨ ਛੱਡੋ ਤੇ ਹੋਰ ਅੱਗੇ ਚਲੇ ਜਾਓ ਉੱਥੇ ਜਾ ਕੇ ਤੁਸੀਂ ਆਪਣਾ ਕਿਨਾਨ ਲੈਣੀ ਐ ਬੂਆ ਆਏਗਾ ਤੇ ਬੂਏ ਦੇ ਉੱਤੇ ਉਹਨਾਂ ਨੇ ਆਪਣਾ ਪਾਸਪੋਰਟ ਟੱਚ ਟੱਚ ਕਰਨਾ ਤੇ ਨਿਕਲ ਜਾਣਾ ਅਸੀਂ ਫਿਰ ਉੱਥੇ ਅਸ ਆਪਣਾ ਪਾਸਪੋਰਟ ਟੱਚ ਟੱਚ ਕੀਤਾ ਤੇ ਫਿਰ ਉਹਨਾਂ ਨੇ ਬੂਆ ਖੋਲ ਦਿੱਤਾ ਸਾਨੂੰ ਅੰਦਰ ਉਹਨਾਂ ਨੇ ਕਿ ਚਲੋ ਨਿਕਲੋ ਤੁਸੀਂ ਦੇ ਫਿਰ ਉਹਨਾਂ ਨੇ ਕਿ ਆਪਣਾ ਸਾਮਾਨ ਸਾਰਾ ਲਾਓ ਤੁਸੀਂ ਤੇ ਸ਼ਕਲੇ ਚੋਲ ਲੱਗਦੇ ਤੇ ਚਲੋ ਸਾਮਾਨ ਸਾਰਾ ਰੱਖੋ ਤੇ ਚੈਕਿੰਗ ਕੀਤੀ ਤੇ ਬੈਲਟਾਂ ਤੇ ਕੱਲੂ ਆਤੀਆਂ ਉਹਨਾਂ ਨੇ ਤੇ ਸਾਰਿਆਂ ਫਿਰ ਅਸੀਂ ਬੈਲਟਾਂ ਵੀ ਉਹਨਾਂ ਨੇ ਦੁਬਾਰਾ ਪਾਈਆਂ ਚੀਜ਼ਾਂ ਚੋਦਾ ਚੈੱਕ ਕੀਤੀਆਂ ਸਾਰਾ ਸਮਾਨ ਫਿਰ ਅਸੀਂ ਵਾਪਸ ਲਿਆ ਉਹਨਾਂ ਕੋਲ ਅਸੀਂ ਕਿਹਾ ਸਾਡਾ ਸਮਾਨ ਤੇ ਦੇ ਦਿਓ ਜਿਹੜਾ ਲਿਆ ਆਇਆ ਤੇ ਫਿਰ ਉਹਨਾਂ ਨੇ ਸਾਰਾ ਸਾਡਾ ਸਮਾਨ ਵਾਪਸ ਕਰ ਦਿੱਤਾ ਜਿਹੜਾ ਛੋਟਾ ਮੋਟਾ ਹੁੰਦਾ ਵੇ ਹੈਂਡ ਕੈਰੀ ਵਗੈਰਾ ਹੁੰਦਾ ਵੇ ਤੇ ਜਿਹੜਾ ਵੱਡੇ ਟੈਗੀ ਹੁੰਦੇ ਨੇ ਤੁਹਾਨੂੰ ਪਤਾ ਹੈ ਉਹ ਤੇ ਉਹ ਕਰ ਲੈਂਦੇ ਰਹੇ ਨੇ ਸੇਵ ਕਰ ਲੈਂਦੇ ਨੇ ਐਂਡ ਤੇ ਤੁਹਾਨੂੰ ਦਵਾਂਗੇ ਅਸੀਂ ਫਿਰ ਉਧਰੋਂ ਫਿਰਦੇ ਟੁਰਦੇ ਰਹੇ ਤੇ ਬੱਚਿਆਂ ਨੇ ਕਿਹਾ ਸੰਤ ਲੱਗੀ ਏ ਭੁੱਖ ਅਸੀਂ ਕਿਹਾ ਚਲੋ ਵੇ ਨੇਰੇਆਂ ਕਿ ਕਿੱਥੋਂ ਖਾਣੇ ਕਿੱਥੋਂ ਨਹੀਂ ਖਾਣੇ ਰਾ ਥੋੜਾ ਕੋ ਮੈਂ ਕਿਹਾ ਚਲੋ ਤੁਹਾਨੂੰ 에어ਪੋਰਟ ਵੀ ਉਹਾ ਦੀ ਏ ਟਰਮੀਨਲ 2 ਤੇ ਗਏ ਅਸਾਂ ਜਿਨ੍ਹਾਂ ਨੂੰ ਜਿਹੜੇ ਉਤੋਂ ਜਾਂਦੇ ਆਂਦੇ ਹੋ ਨੇ ਉਹਨੇ ਨੇ ਉਹਨਾਂ ਨੂੰ ਪਤਾ ਹੋਣਾ ਕਿ ਇੱਥੋਂ ਫਲੈਟ ਕਿਹੜੀ ਕਿਹੜੀ ਜਾਂਦੀ ਹੈ ਰਹੀ ਮੈਨੂੰ ਤਾਂ ਪਤਾ ਨਹੀਂ ਇਹਨਾਂ ਦੇ ਕਿੰਨੇ ਟਰਮੀਨਲ ਨੇ ਮੇਰੇ ਹਸਬੰਦ ਨੂੰ ਪਤਾ ਹੈ ਰਵਿ ਤੇ ਮੈਨੂੰ ਤਾਂ ਪਤਾ ਹੀ ਨਹੀਂ ਇਹ ਕਿ ਕੀ ਇਹ ਤੇ ਕਿਨੇ ਕਾਫੀ ਸ਼ਾਪਾਂ ਹੈ ਰਹੀਆਂ ਲੇਕਿਨ ਮੇਕਅਪ ਦੀ ਬੜੀ ਸ਼ਾਪ ਹੈ ਰਹੀ ਬਹੁਤ ਜ਼ਿਆਦਾ ਮੇਕਅਪ ਦੀ ਸ਼ਾਪ ਹੈ ਰਹੀ ਤੇ ਐ ਦਵਾਈਆਂ ਦੀ ਵੀ ਹੈ ਰਹੀ ਸੱਜੇ ਕਿਸੇ ਨੂੰ ਸੀਰਮ ਵਗੈਰਾ ਚਾਹੀਦਾ ਹੋਵੇ ਖੰਘ ਖੁੰਗ ਲੱਗੀ ਹੋਵੇ ਤਾਂ ਬੰਦਾ ਲੈ ਲੈਂਦਾ ਹੈ ਰਵੇ ਨਾ ਤੇ 에ਰਪੋਰਟ ਠੀਕ ਹੈ ਐਡਾ ਛੋਟਾ ਵੀ ਨਹੀਂ ਤੇ ਐਡਾ ਵੱਡਾ ਵੀ ਨਹੀਂ ਸੀ ਇਹ ਰਾ ਟਰਮੀਨਲ 2 ਤੇ ਮੈਂ ਕਿਹਾ ਚਲੋ ਤੁਹਾਨੂੰ ਵ ਤੇ ਵਲੌਗ ਹੀ ਪਤਾ ਲੱਗ ਜਾਏਗਾ ਵਾਕੇ ਅਸੀਂ ਮਾਂਚੈਸਟਰ 에ਰਪੋਰਟ ਤੇ ਹੀ ਜਿਹੜੇ ਆ ਕਿਤੇ ਹੋ ਨਹੀਂ ਰਹੇ ਅਸੀਂ ਅੰਜੀ ਫਿਰ ਸਾਰਾ 에ਰਪੋਰਟ ਫਿਰ ਫੂਰੇ ਫਿਰ ਭੁਰਕੇ ਤੇ ਬੱਚਾ ਨੂੰ ਸਵੇਰ ਨਾਸ਼ਤਾ ਕਰਵਾਇਆ ਸੀ ਲੇਕਿਨ ਟਾਈਮ ਆਵਾ ਹੋ ਗਿਆ ਸੀ 1:00 ਵਜੇ ਗਏ ਰ ਅਸੀਂ ਤੇ ਬੱਚਾ ਨੇ ਕਿ ਮਾਂ ਸਾਨੂੰ ਭੁੱਖ ਲੱਗ ਗਈ ਤੇ ਅਸੀਂ ਕਿ ਚਲੋ ਸੈਂਡਵਿਚ ਵਗੈਰਾ ਤੇ ਇਥੋਂ ਅਗਰ ਖਾਵਾਂਗੇ ਤੇ ਸਿਰਫ ਉਹੀ ਮਿਲਣਗੇ ਐਗ ਦੇ ਜਾਂ ਚੀਜ਼ ਦੇ ਬਗੈਰ ਤੇ ਸਾਰਾ ਹਰਾਮ ਮੇਰਾ ਵੀ ਹਲਾਲ ਤੇ ਆਇ ਨਹੀਂ ਸੀ ਲੇਕਿਨ ਉਹਨਾਂ ਨੇ ਚਾਰ ਆਰਚੀ ਦੀ ਸ਼ਾਪ ਵੇਖ ਲਈ ਸੀ ਸਾਨੂੰ ਇਹਨਾਂ ਦਾ ਫੂਡ ਏਡਾ ਪਸੰਦ ਤੇ ਨਹੀਂ ਹੈ ਰਾ ਮੈਂ ਦੀ ਪਹਿਲੇ ਵੀ ਵੀਡੀਓ ਬਣਾਈ ਹੈ ਲੇਕਿਨ ਕਹਿੰਦੇ ਨੇ ਨਾ ਭੁੱਖ ਹੋਵੇ ਤੇ ਬੰਦੇ ਨੂੰ ਹਰ ਚੀਜ਼ ਚੰਗੀ ਲੱਗਦੀ ਹੈ ਰਹੀ ਬੱਚਿਆਂ ਨੇ ਖਾਧਾ ਅਸੀਂ ਤੇ ਦੋਵਾਂ ਜੀਆ ਨੇ ਨਹੀਂ ਸੀ ਖਾਧਾ ਸਿਰਫ ਬੱਚਿਆਂ ਨੇ ਖਾਧਾ ਹੈ ਰਾ ਅਸੀਂ ਤੇ ਬੱਚਿਆਂ ਨੇ ਉੱਥੋਂ ਲਿਆ ਆਰਚੀ ਤੋਂ ਫੂਡ ਲਿਆ 버ਗਰ ਵਗੈਰਾ ਉਹ ਲੈ ਕੇ ਤੇ ਅਸੀਂ ਫਿਰ ਟੁਰ ਪਏ ਅਗਲੀ ਮੰਜ਼ਿਲ ਨੂੰ ਦੇਖੋ ਜਹਾਜ਼ ਕੋਈ ਆ ਮੁਲਕੋਂ ਆ ਰਿਹਾ ਕੋਈ ਮੁਲਕੋਂ ਜਾ ਰਿਹਾ ਤੇ ਕੋਈ ਦੁਨੀਆ ਤੇ ਆ ਰਿਹਾ ਤੇ ਕੋਈ ਦੁਨੀਆ ਤੇ ਜਾ ਰਿਹਾ ਰਵੇ ਉਤੋਂ ਅਸੀਂ ਨਿਕਲ ਨੁਕਲ ਕੇ ਫੇਰ ਸਾਡੀ ਬੋਟਿੰਗ ਦਾ ਟਾਈਮ ਹੋ ਗਿਆ ਅਸੀਂ ਉਹਨਾਂ ਨੇ ਕਿਹਾ オンਲਾਈਨ ਲਾ ਕੇ ਖਲੋਇਆ ਉਹ ਤੇ ਆਪਣੀ ਬੋਟਿੰਗ ਕਰਾਓ ਤੇ ਚਲੋ ਦਫਾ ਹੋ ਗੰਦਾ ਜਹਾਜ਼ੀ ਤੁਸੀਂ ਕਿ ਫੇਫੜ ਕੇ ਥੱਕਦੇ ਨਹੀਂ ਏਰੇ ਉਤੋਂ ਅਸੀਂ ਬੋਟਿੰਗ ਕਰਵਾਈ ਤੁਸੀਂ ਜਾਦੀ ਜਾ ਕੇ ਬਹਿ ਗਏ ਇਹ ਸਾਡਾ ਜਹਾਜ਼ ਉਨੋਂ ਗਿਆ ਸੀ ਉੱਡ ਤੇ ਉੱਡਦਾ ਤੇ ਐਂਜ ਲੱਗਦਾ ਸੀ ਕਿ ਇਹਦੇ ਸਾਰਾ ਕੁਝ ਨਜ਼ਰ ਆਏਗਾ ਜਦੋਂ ਉੱਡਿਆ ਤੇ ਯਕੀਨ ਕਰੋ ਕਿ ਅੰਜ ਲੱਗਿਆ ਕਿ ਬਦਲਾ ਦੇ ਵਿੱਚ ਵੜ ਗਿਆ ਅਸਮਾਨਾ ਅਸੀਂ ਚਲੇ ਗਏ ਕੋਈ ਵੇਖੋ ਕੋਈ ਸ਼ੈ ਨਹੀਂ ਨਜ਼ਰ ਆਂਦੀ ਪਈ ਮੈਂ ਕਿਹਾ ਚਲੋ ਤੁਹਾਨੂੰ ਥੋੜਾ ਕੋਈ ਸੀਨ ਵਖਾਦਾ ਕੁਛ ਨਹੀਂ ਰੰਜ ਚਿੱਟਾ-ਚਿੱਟਾ ਜਿਵੇਂ ਬਰਫ਼ ਦੇ ਵਿੱਚ ਸਾਨੂੰ ਉਹਨਾਂ ਨੇ ਇਹਨਾਂ ਲੁਕਾ ਲਿਆ ਰਸੀ ਤੇ ਅਸੀਂ ਦੇ ਅੰਜ ਪਰੇਸ਼ਾਨ ਹੋ ਗਏ ਕਿ ਕੁਛ ਫਿਰ ਥੋੜੇ ਅੱਗੇ ਜਾ ਕੇ ਥੋੜਾ ਕੋਈ ਬਦਲ ਨਜ਼ਰ ਆਏ ਫਿਰ ਥੋੜਾ ਜਰਾਣਾ ਅਸਮਾਨ ਸਾਨੂੰ ਨਜ਼ਰ ਆਏ ਤੇ ਫਿਰ ਉਹਨਾਂ ਪਤਾ ਲੱਗਾ ਸੀ ਵਿਚਕਾਰ ਆ ਰਾ ਥੱਲੇ ਬਦਲ ਨੇ ਉੱਤੇ ਅਸਮਾਨ ਨੇ ਤੇ ਅਸੀਂ ਵਿਚਕਾਰ ਫਿੰਨੇ ਪੈ ਰਹੇ ਆ ਅਸੀਂ ਫਿਰ ਜਹਾਜ਼ 'ਚ ਬੈ ਕੇ ਅਸੀਂ ਵੇਟ ਕੀਤਾ 4 ਘੰਟੇ ਦਾ 4 ਸਾਢੇ 4 ਘੰਟੇ ਲੱਗ ਗਏ ਰੇਸਾਂ ਸਾਨੂੰ ਨਾ ਮੈਂ ਥੋੜੇ ਕੋਈ ਵੀਡੀਓ ਬਦਲਾਂ ਦੀ ਵੀ ਬਣਾਤੀ ਮੈਨੂੰ ਕਿ ਸੋਹਣੀ ਲੱਗਦੀ ਹੈ ਜੀ ਚਲੋ ਵੀਡੀਓ ਥੋੜੀ ਬਦਲਾਂ ਦੀ ਬਣਾ ਲੈਨੇ ਹਰੇ ਮੈਂ ਤੇ ਆ ਵੇਖ ਕੇ ਬੜੀ ਮੈਨੂੰ ਪਰੇਸ਼ਾਨੀ ਹੋਈ ਕਿ ਹਾਈ ਐਂਜੰ ਨੇ ਬੜਾ ਅੱਛਾ ਵੀ ਲੱਗਦਾ ਪਿਆ ਅਸੀਂ ਐਂ ਲੱਗਦਾ ਸੀ ਬੜਾ ਫਿਬਰ ਫ ਇਹ ਦੇਖੋ ਜੀ ਹੁਣ ਅਸੀਂ ਪਹੁੰਚ ਗਏ ਰੇਸਾਂ ਤੇ ਜਿੱਥੇ ਅਸੀਂ ਜਾਣਾ ਹੈ ਸੀ ਉਹਦੇ ਕੋਲ ਕੋਲ ਅਸੀਂ ਪਹੁੰਚ ਗਏ ਸਾਂ ਤੇ ਥੋੜੀ ਥੋੜੀ ਨਾ ਥੱਲੇ ਆਬਾਦੀ ਸਾਨੂੰ ਨਜ਼ਰ ਆਣ ਲੱਗੀ ਹੈ ਜੀ ਸੀ ਤੇ ਇਹ ਦਰਿਆ ਦੇ ਵਿੱਚ آبادی ਏੜੀ ਹੈ ਜਿਹੜੇ ਮੈਂ ਤੁਹਾਨੂੰ ਤਸਵੀਰ ਦਿਹਾ ਰਹੀਆਂ ਇਹ ਵੀਡੀਓ ਦਿਹਾ ਰਹੀਆਂ ਤੇ ਇਹ ਦਰਿਆ ਦੇ ਵਿੱਚ آبادی ਏੜੀ ਹੈ ਤੇ ਮੈਂ ਕਹਿੰਨੀ ਕਿ ਇਹ ਵੀ ਲੋਕ ਨੇ ਨਾ ਕਿ ਜਿਹੜੇ ਦਰਿਆਵਾਂ ਦੇ ਵਿੱਚ ਰਹਿੰਦੇ ਨੇ ਤੇ آبادی ਵੀ ਕਿੰਨੀ ਜ਼ਿਆਦਾ ਏੜੀ ਤੇ ਕਸ਼ਤੀਆਂ ਤੇ ਆਉਂਦੇ ਜਾਂਦੇ ਹੁੰਦੇ ਨੇ ਨੇ ਉਹ ਇਥੇ ਕੋਈ ਸਰਕਾਂ ਤੇ ਬਣੀਆਂ ਨਹੀਂ ਸਨ ਹੋਈਆਂ ਡੀਆਂ ਨਾ ਤੇ ਸਰਕਾਂ ਤੇ ਹੀ ਇਹਨਾਂ ਨੇ ਯੂਜ਼ ਨਹੀਂ ਕਰਨੀਆਂ ਤੇ ਫੇਰ ਜਿੰਨੇ ਵੀ ਬੋਟ ਵਗੈਰਾ ਸਾਰਾ ਇਹਨਾਂ ਤੇ ਹੀ ਇਹਨਾਂ ਨੇ ਸਫ਼ਰ ਕਰਨਾ ਹੈ ਰਵੇ ਆਣਾ ਜਾਣਾ ਪਤਾ ਤਾਂ ਲੱਗ ਹੀ ਗਿਆ ਹੋਵੇਗਾ ਕਿ ਅਸੀਂ ਪਹੁੰਚ ਕਿਤੇ ਗਏ ਰਹੇ ਹਾਂ ਅਸੀਂ ਹੈਨਾ ਤੁਰਕੀ ਚਲੇ ਗਏ ਰਸਾ ਇਸਤੰਬੁਲ ਬੱਚਿਆਂ ਨੇ ਕਿਹਾ ਸੀ ਕਿ ਯਾ ਤੁਹਾਨੂੰ ਦੁਬਈ ਲੈ ਕੇ ਜਾਓ ਤੇ ਜਾਂ ਸਾਨੂੰ ਤੁਰਕੀ ਲੈ ਕੇ ਜਾਓ ਤੇ ਅਸੀਂ ਕਿ ਚਲੋ ਵੇਖਨੇ ਰਿਆਂ ਲੇਕਿਨ ਉਹ ਕਹਿੰਦੇ ਨਾ ਜਿੱਥੇ ਦਾਨਾ ਪਾਣੀ ਤਾਂ ਦੇ ਨਸੀਬਾਂ ਚ ਰਹਿ ਤੁਸੀਂ ਉੱਥੇ ਹੀ ਜਾਣਾ ਹੈ ਰਾਵੇ ਤੇ ਅਸੀਂ ਫਿਰ ਤੁਰਕੀ ਦਾ ਸਾਡਾ ਪ੍ਰੋਗਰਾਮ ਬਣ ਗਿਆ ਤੇ ਅਸੀਂ ਫਿਰ ਤੁਰਕੀ ਦੀਆਂ ਠਿਕਣਾ ਕਰਾਈਆਂ ਤੇ ਅਸੀਂ ਤੁਰਕੀ ਚਲੇ ਗਏ ਇਹ ਤੁਰਕੀ ਦੀ ਉੱਤੋਂ ਮੈਂ ਜਾਦ ਵਿੱਚ ਵੀਡੀਓ ਬਣਾਈ ਕਿ ਬਾਦੀ ਕਿ ਐਸੀ ਏਰੀਆ ਨਾ ਸਾਰਾ ਫਲੈਟ ਹੈ ਇਸਤੰਬੋਲ ਦਾ ਪੂਰਾ ਫਲੈਟ ਹੈ ਮੈਂ ਜਿਵੇਂ ਜਿਵੇਂ ਵੀਡੀਓ ਬਣਾਵਾਂਗੀ ਥੋੜਾ ਥੋੜਾ ਕਰਕੇ ਵਲੌਗ ਚੜਾਉਂਦੀ ਰਵਾਂਗੀ ਮੈਂ ਕਹਿੰਨੀ ਐ ਇੱਕਦਮ ਸਾਰਾ ਤੇ ਮੈਂ ਚੜਾਉਣਾ ਨਹੀਂ ਰਿਹਾ ਤੇ ਫਿਰ ਥੋੜਾ ਥੋੜਾ ਕਰਕੇ ਨਾ ਅਸੀਂ ਵਲੌਗ ਮੈਂ ਚਲਾਉਂਦੇ ਰਹਾਂਗੇ ਐ ਜਹਾਜ਼ ਉਤਰਨ ਦੀ ਰਿਸ ਜਦੋਂ ਜਹਾਜ਼ ਹੈ ਨਾ ਉਤਰਿਆ ਅਸੀਂ ਅੱਲਾ ਦਾ ਲੱਖ ਕਰੋੜ ਸ਼ੁਕਰ ਕੀਤਾ ਹੈ ਰਾਸੀ ਤੇ ਅਸੀਂ ਉਤਰ ਗਏ ਉਹਨਾਂ ਨੇ ਦੋਵਾਂ ਪਾਸੇੋਂ ਗੇਟ ਖੋਲ ਦਿੱਤੇ ਕਿ ਬੱਸਾਂ ਦੇ ਜਾ ਕੇ ਬੋ ਤੇ ਪਿੱਛੋਂ ਵੀ ਗੇਟ ਖੋਲਤੇ ਤਾਂ ਅੱਗੋਂ ਵੀ ਗੇਟ ਖੋਲ ਦਿੱਤੇ ਉਹਨਾਂ ਨੇ ਤੇ ਸ਼ੁਕਰੀਆ ਸੀ ਦਰਾਂ ਤੋਰੇ ਪਿੱਛੇ ਬੈਠੇ ਸੀ ਅਸੀਂ ਫੜਫੜ ਨਿਕਲ ਗਏ ਜੇ ਸਾਡੇ ਅੱਗੇ ਬਹੁਤ ਲੰਬੀ ਕਯੂ ਸੀ ਨਿੱਤੇ ਸਾਨੂੰ ਬਹੁਤ ਟਾਈਮ ਲੱਗ ਜਾਣਾ ਸੀ ਜਹਾਜ਼ ਵਿੱਚ ਨਾ ਤੇ ਅਸੀਂ ਪਿਛਲੇ ਗੇਟ 'ਚੋਂ ਫੜਫੜ ਨਿਕਲ ਗਏ ਹੈ ਨਾ ਉਤਰਦੇ ਪਹਿਰੇ ਸੰ ਤੇ ਅੱਗੋਂ ਸਾਨੂੰ ਫਿਰ ਬੱਸਾਂ ਖਲੋਤੀਆਂ ਐ ਅਸੀਂ ਹੁਣ ਬੱਸਾਂ 'ਚ ਬਹਿ ਤੇ ਅਸੀਂ ਬੱਸਾਂ ਤੇ ਬੈਠ ਕੇ ਹੁਣ ਅਸੀਂ ਜਾ ਰਹੇ ਹਾਂ ਜੀ 에어ਪੋਰਟ ਤੇ ਜਿੱਥੋਂ ਅਸੀਂ ਸਮਾਨ ਚੁਕਨਾ ਅਸੀਂ ਬਾਸੀ ਚੋਂ ਨਿਕਲੇ ਤੇ ਅਸੀਂ ਹੁਣ 에어ਪੋਰਟ ਤੇ ਤੁਰਕੀ 에어ਪੋਰਟ ਤੇ ਪਹੁੰਚ ਗਏ ਇਸਤੰਬੁਲ ਦੇ ਤੇ ਉੱਥੇ ਹੁਣ ਅਸੀਂ ਫੇਰ ਕਿਊ ਚ ਲੱਗਾਗੇ ਕਿਉਂਕਿ ਕਿਊ ਬਹੁਤ ਲੰਬੀ ਸੀ ਬਹੁਤ ਲੰਬੀ ਮੈਂ ਥੋੜੀ ਵਿੱਚ ਆਪਣੀ ਵੀ ਵੀਡੀਓ ਲੈਈ ਮੈਨੂੰ ਕਿ ਪਤਾ ਲੱਗੇ ਮੈਂ ਵੀ ਗਈ ਸਨ ਨਾਲ ਐਨਾ ਸਮਝੋਗੇ ਰੋਜ਼ੀ ਕਾਰੀ ਸੀ ਤੇ ਬੰਦਾ ਦੇ ਬੱਚੇ ਚਲੇ ਗਏ ਰਹੇ ਨੇ ਤੇ ਇਸ ਲਈ ਮੈਂ ਆਪਣੀ ਵੀ ਵਿੱਚ ਥੋੜੀ ਕਿਉ ਵੀਡੀਓ ਲੈ ਆਈ ਰਹੀ ਸਨ ਐਂਡ ਵੀਰ ਸਭ ਬਹੁਤ ਲੰਬੀ ਕਿਊ ਹੋਈ ਸੀ ਤੁਰਕੀਆ ਲਈ ਰੇਸਾ ਵਾ ਉਹ ਆਪਣੇ ਜਿਵੇਂ ਅਸੀਂ ਯੂਕੇ ਜਾਈਏ ਤੇ ਯੂਕੇ ਆਪਣਾ ਪਾਸਪੋਰਟ ਵਾ ਕੇ ਸਿੱਧਾ ਲੰਘ ਸਕਨੇ ਹਾਂ ਕਿਊ ਚ ਖਲੋਣ ਦੀ ਜ਼ਰੂਰਤ ਨਹੀਂ ਹੈ ਲੇਕਿਨ ਤੁਰਕੀਆ ਲਈ ਆਪਣਾ ਪਾਸਪੋਰਟ ਵਾਹਦੇ ਸਨ ਉਹ ਲੱਗੇ ਜਾਂਦੇ ਸਨ ਤੇ ਸਾਨੂੰ ਖਲੋਣਾ ਪਿਆ ਲੇਨ 'ਚ ਲੇਨ 'ਚ ਕਮ ਸਕਮ ਸਾਨੂੰ ਲੱਗ ਗਿਆ ਸਿਕਂਟਾ ਤੇ ਲੇਨ 'ਚ ਲੱਗ ਗਿਆ ਤੇ ਜਿਵੇਂ ਯੂਕੇ ਦੀ ਲਾਈਨ ਹੁੰਦੀ ਹੈ ਤੇ ਉਸ ਨਾਲ ਫਿਰ ਅਸੀਂ ਉਤੋਂ ਹੋਏ ਫ੍ਰੀ ਤੇ ਸਮਾਨ ਮੀਆਂ ਸਾਹਿਬ ਨੇ ਫੜਾਫੜ ਪਹਿਲੇ ਚੁੱਕ ਲਿਆ ਐਂਡ ਤੇ ਮੈਂ ਨਿਕਲੀ ਤੋਂ ਨਹੀਂ ਦੇ ਵਿੱਚ ਮੀਆਂ ਸਾਹਿਬ ਨੇ ਸਮਾਨ ਲੈ ਲਿਆ ਰਸੀ ਕਾਫੀ ਵੱਡਾ ਇਹਨਾਂ ਦਾ 에어ਪੋਰਟ ਇੱਡਾ ਵੀ ਵੱਡਾ ਨਹੀਂ ਸੀ ਬਸ ਠੀਕ ਹੀ era ਸੀ ਅਸੀਂ era ਫਿਰੇ ਰਿਹਾ ਸੀ ਬਸ ਅੱਛਾ ਲੱਗਦਾ ਪਿਆ era ਸੀ ਸਾਫ਼ ਸੁਥਰਾ era ਸੀ ਪਰ ਤੁਸੀਂ ਕਹਿ ਲੋ ਕਿ ਤੁਸੀਂ ਤੁਰਕੀ ਇਸਲਾਮੀ ਕੰਟਰੀ ਨਹੀਂ ਕਹਿ ਸਕਦੇ ਯੂਰਪ ਹੀ ਚਾਏ ਰਹੇ ਹੋ ਮੈਂ ਤੁਹਾਨੂੰ ਇੰਨਾ ਕਹਿ ਸਕਣੀ ਆ ਕਿ ਯੂਰਪ ਲੱਗਦਾ ਸੀ ਟੈਕਸੀ ਸੀ ਪਹਿਲੇ ਹੀ ਬੁੱਕ ਕਰਵਾ ਲਈ ਸੀ ਆਨਲਾਈਨ ਤੇ ਅਸੀਂ ਜਾ ਕੇ ਬਸ ਉਹਨਾਂ ਨੂੰ ਦੱਸਣਾ ਸੀ ਕਿ ਅਸੀਂ ਸਾਡਾ ਇਹ ਨੰਬਰ era ਵੇ ਅਸੀਂ ਬੁੱਕ ਕਰਵਾਈ ਮੀਆਂ ਸਾਹਿਬ ਨੇ ਜਾ ਕੇ ਫਿਰ ਉਹਨਾਂ ਨੇ ਸਾਨੂੰ ਦੱਸਿਆ ਐ ਕਿ ਪਿੰਨ ਨੰਬਰ ਦਿੱਤਾ ਐ ਸੀ ਕਿ ਤੁਸੀਂ ਆ ਕੇ ਸਾਡੇ ਬੋਰਡ ਤੇ ਐ ਕਹਿਣਾ ਰਵੇ ਮੀਆਂ ਸਾਹਿਬ ਨੇ ਜਾ ਕੇ ਕਿਹਾ ਕਿ ਸਾਡੀ ਇੰਜ ਦੀ ਬੁਕਿੰਗ ਹੈ ਉਹਨਾਂ ਨੇ ਕਿਹਾ ਤੁਸੀਂ 5 10 ਮਿੰਟ ਤੁਹਾਨੂੰ ਵੇਟ ਕਰਨਾ ਪਏਗਾ ਕਿਉਂਕਿ ਅਸੀਂ ਕਾਲ ਕਰਾਂਗੇ ਤੇ ਉਹ ਟੈਕਸੀ ਤਾਂ ਦੀ ਆਏਗੀ ਟੈਕਸੀ ਪਹਿਲੇ ਹੀ ਬੁੱਕ ਕਰਵਾ ਲਓ ਬेटर ਰਹਿੰਦਾ ਹੈ ਰਵੇ ਨਹੀਂ ਤੇ ਫਿਰ ਬੰਦੇ ਨੂੰ ਨਾ ਭੁੱਖਾ ਚ ਖਰਾਬ ਹੋਣਾ ਪੈਂਦਾ ਹੈ ਰਵੇ ਇਹ ਸਾਰਾ ਤੁਰਕੀ ਦਾ 에ਰਪੋਰਟ ਸੀ ਇਸਤੰਬੁਲ ਦਾ ਤੇ ਇਹ ਮੇਰੇ ਦੇਖ ਲੋ ਤੇ ਸਾਰੇ ਵੇਟ ਕਰਦੇ ਪਏ ਸਾਨੂੰ ਟੈਕਸੀ ਕਿਧਰ ਆਏ ਲੇਕਿਨ ਟੈਕਸੀ ਦਾ ਵੇਟ ਕਰਦੇ ਪਏ ਸਨ ਤੇ ਭੁੱਖ ਵੀ ਸਾਨੂੰ ਬਹੁਤ ਲੱਗ ਗਈ ਸੀ ਰਾਤ ਦੇ ਕਾਫੀ ਟਾਈਮ ਹੋ ਗਿਆ ਸੀ ਸਵੇਰ ਅਸੀਂ 10 ਵਜੇ ਘਰੋਂ ਨਿਕਲੇ ਸਾਂ ਤੇ ਕਾਫੀ ਹੁਣ तकरीबन 9 ਵਜੇ ਗਏ 9:30 ਹੋ ਗਏ ਸਨ ਸਾਡੀ ਟੈਕਸੀ ਆ ਗਈ ਤੇ ਅਸੀਂ ਹੁਣ ਟੈਕਸੀ ਬੈਠ ਟੈਕਸੀ ਵੇਖੋ ਕਿੰਦੀ ਵਧੀਆ ਜੀ ਐਂਜ ਲੱਗਦਾ ਹੈ ਨਾ ਜਿਵੇਂ ਵਿਆਹ ਦੀ ਗੱਡੀ ਹੁੰਦੀ ਹੈ ਤੇ ਵਿਆਹ ਵਾਲੀ ਗੱਡੀ ਚ ਆ ਰਹੀ ਹੈ ਰੇਲ ਆ ਰਹੇ ਨੂੰ ਲੈ ਕੇ ਤੇ ਉਹ ਅਸੀਂ ਫਿਰ ਟੈਕਸੀ ਚ ਬੈਠੇ तकरीबन ਟੈਕਸੀ ਤੇ ਵੀ ਸਾਨੂੰ ਕਾਫੀ ਟਾਈਮ ਲੱਗ ਗਿਆ ਸੀ ਕਿਉਂਕਿ ਮਿਡਲ ਵਿੱਚ ਬੜੀ ਟ੍ਰੈਫਿਕ ਹੈ ਰਹੀ ਸੀ ਬਹੁਤ ਜ਼ਿਆਦਾ ਟ੍ਰੈਫਿਕ ਮਾਸ਼ਾਅੱਲਾ ਸਭ ਤੋਂ ਪਹਿਲੇ ਦੇਖੋ ਤੁਰਕੀ ਬੜੀ ਤੇ ਕਿਟਿਸੋਨੀ ਨਾਦੀ ਮਸਜਿਦ ਹੈ ਰਵੇ ਅੱਲਾਹ ਪਾਕ ਸਭ ਨੂੰ ਨਮਾਜ਼ੀ ਬਣਾਏ ਸਮੇਂ ਸਾਨੂੰ ਤੇ ਬਹੁਤ ਸੋਹਣੀ ਮਸਜਿਦ ਹੈ ਐਸੀ ਤੇ ਮੈਂ ਇਤੋ ਹੀ ਕਰਨੀ ਅੱਜ ਦਾ ਬਲੌਗ ਖਤਮ ਇਨਸ਼ਾਅੱਲਾ ਤਾਲਾ ਨਵੇਂ ਬਲੌਗ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ ਓਕੇ ਜੀ ਮੇਰੇ ਬਲੌਗ ਨੂੰ ਲਾਈਕ ਕਮੈਂਟ ਫੋਲੋ ਜ਼ਰੂਰ ਮੈਨੂੰ ਕਰ ਲਵੋ ਤੇ ਪਲੀਜ਼ ਕਮੈਂਟ ਲਾਈਕ ਜ਼ਰੂਰ ਕਰਨਾ ਤੇ ਫੋਲੋ ਲਾਜ਼ਮੀ ਕਰਨਾ ਨਿਊ ਵਲੌਗ ਦੇ ਨਾਲ ਤੁਹਾਨੂੰ ਜਲਦੀ ਮਿਲਨੇ ਆ ਤੁਸੀਂ ਆ ਮੇਰੇ ਵਲੌਗ ਨੂੰ ਇੰਜੋਏ ਕਰੋ ਓਕੇ